ਦਹਾਕਿਆਂ ਤੋਂ ਘੱਟ ਗਿਣਤੀਆਂ ਨਾਲ ਕੁਝ ਅਖੌਤੀ ਨਿਰਪੱਖ ਤਾਕਤਾਂ ਖੇਡਦੀਆਂ ਰਹੀਆਂ ਹਨ। ਘੱਟ ਗਿਣਤੀਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ। ਦਸ਼ਕੋਂ ਸੇ ਭਾਰਤ ਕੇ ਅਲਪਸੰਖਿਅਕੋਂ ਕੇ ਸਮਾਜਿਕ ਆਰਥਿਕ ਔਰ ਸ਼ੈਕਸ਼ਣਿਕ ਸਸ਼ਕਤੀਕਰਣ ਕੋ ਕੁਛ ਸੈਕੁਲਰ ਸਿੰਡੀਕੇਟਸ ਨੇ ਉਸਕਾ ਅਪਹਰਣ ਕਰ ਰੱਖਾ ਥਾ, ਹਾਈਜੈਕ ਕਰ ਰੱਖਾ ਥਾ। ਔਰ ਦੇਸ਼ ਕੇ ਅਲਪਸੰਖਿਅਕੋਂ ਕੇ ਸਸ਼ਕਤੀਕਰਣ ਕਾ ਜਿਨ ਤਾਕਤੋਂ ਨੇ ਅਪਹਰਣ ਕੀਆ ਥਾ, ਆਜ ਵਹੀ ਤਾਕਤੇ ਫਿਰ ਸਕ੍ਰਿਯ ਹੋ ਕਰਕੇ ਦੇਸ਼ ਕੇ ਅਲਪਸੰਖਿਅਕੋਂ ਕੋ ਗੁੰਮਰਾਹ ਕਰਨੇ ਕੇ ਸ਼ਡਯੰਤਰ ਸਾਜਿਸ਼ੋਂ ਮੇਂ ਲਗੀ ਹੋਈ ਹੈ। ਆਜ ਹਮਨੇ ਹਮਾਰੇ ਲੀਏ ਵਿਕਾਸ ਕਾ ਮਸੌਦਾ ਵੋਟ ਕਾ ਸੌਦਾ ਨਾ ਥਾ, ਨਾ ਹੈ, ਨਾ ਰਹੇਗਾ। ਔਰ ਹਮ ਸਮਾਜ ਕੇ ਸਮਾਵੇਸ਼ੀ ਵਿਕਾਸ, ਸਰਵਸਪਰਸ਼ੀ ਵਿਕਾਸ ਕੇ ਰਾਸਤੇ ਪੇ ਆਗੇ ਤੇਜ਼ੀ ਕੇ ਬੜ੍ਹ ਰਹੇ ਹੈ। ਹਮਾਰੇ ਲੀਏ ਵਿਕਾਸ ਰਾਜਨੀਤ ਨਹੀਂ ਹੈ, ਬਲਕਿ ਰਾਸ਼ਟਰ ਨੀਤੀ ਹੈ। ਔਰ ਉਸ ਰਾਸ਼ਟਰ ਨੀਤੀ ਤੇ ਨਰੇਂਦਰ ਮੋਦੀ ਜੀ ਕੇ ਨੇਤ੍ਰਤਵ ਮੇਂ ਕੇਂਦਰ ਕੀ ਸਰਕਾਰ ਕਾਮ ਕਰ ਰਹੀ ਹੈ, ਸ਼੍ਰੀ ਯੋਗੀ ਆਦਿੱਤਨਾਥ ਜੀ ਕੇ ਨੇਤ੍ਰਤਵ ਮੇਂ ਉੱਤਰ ਪ੍ਰਦੇਸ਼ ਕੀ ਸਰਕਾਰ ਕਾਮ ਕਰ ਰਹੀ ਹੈ। ਔਰ ਆਨੇ ਵਾਲੇ 2019 ਮੇਂ ਜੋ ਭਾਨੂਮਤੀ ਕਾ ਕੁਨਬਾ ਹੈ, ਜੋ ਅਭੀ ਸੱਤਾ ਕੇ ਲੀਏ ਜੈਸੇ ਜਲ ਬਿਨ ਮਛਲੀ ਤੜਪਤੀ ਹੈ, ਉਸੀ ਤਰ੍ਹਾਂ ਸੇ ਜਬ ਸੇ ਸੱਤਾ ਸੇ ਬੇਦਖਲ ਕੀਏ ਗਏ ਹੈ, ਤੋ ਵੋ ਤੜਪ ਰਹੇ ਹੈ। ਔਰ ਆਜ ਜੋ ਹੈ ਵੋ ਨਈ ਨਈ ਫੇਕ ਫੈਬਰੀਕੇਟਡ ਔਰ ਫਰਸਟ੍ਰੇਟਡ ਕਹਾਣੀਓ ਕੇ ਮਾਧਿਅਮ ਸੇ ਦੇਸ਼ ਕੇ ਮਾਹੌਲ ਕੋ ਨਕਾਰਾਤਮਕ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈ। ਐਸੇ ਲੋਗੋਂ ਕੀ ਜੋ ਐਂਟੀ ਡਿਵਲਪਮੈਂਟ ਐਕਟੀਵਿਟੀ ਹੈ, ਦੇਸ਼ ਕੇ ਵਿਕਾਸ ਕੇ ਖਿਲਾਫ ਸ਼ਡਯੰਤਰ ਸੇ ਭਰੀ ਹੋਈ ਐਕਟੀਵਿਟੀ ਹੈ, ਉਸਕਾ ਐਕਸਪੋਜ਼ਰ ਵੀ ਹੋ ਰਹਾ ਹੈ, ਪਰਦਾਫਾਸ਼ ਵੀ ਹੋਗਾ।